ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੁਸੀਂ ਇਹ ਦੇਖ ਹੀ ਲਿਆ ਹੋਣਾ ਕਿ ਜਿਹੜਾ ਆਪਾਂ ਹੈਡਿੰਗ ਦਿੱਤਾ ਹੋਇਆ ਹੈ ਕਿ ਕਣਕ ਜਿਹੜੀ 3600 ਰੁਪਏ ਪ੍ਰਤੀ ਕੁੰਟਲ ਤੱਕ ਵਿਕੀ 3600 ਰੁਪਏ ਪ੍ਰਤੀ ਕੁੰਟਲ ਦਾ ਮਤਲਬ ਹੈ ਕਿ 10 ਕੁੰਟਲ ਜਿਹੜੀ ਹੈਗੀ ਆ ਉਹ 36 ਰੁਪਏ ਤੇ 20 ਕੁਇੰਟਲ 72000 ਤੇ ਜੇ ਮੈਂ ਆਪਣੇ 25 ਕੁਇੰਟਲ ਕਣਕ ਹੁੰਦੀ ਆ ਤਾਂ ਉਹ ਜਿਹੜਾ ਹੈਗਾ तकरीबन तकरीबन 90 ਤੱਕ ਜਿਹੜੀ ਹੈਗੀ ਆ ਪਹੁੰਚਦੀ ਆ ਪਰ ਇਹ ਜਿਹੜੀ ਕਣਕ 3600 ਰੁਪਏ ਵਿਕਦੀ ਆ ਜਾਂ ਇਸ ਤੋਂ ਵੀ ਵੱਧ ਰੇਟ ਵਿਕ ਜਾਂਦਾ 4000 ਤੋਂ ਉੱਪਰ ਵੀ ਚਲਾ ਜਾਂਦਾ ਤਾਂ ਇਹ ਜਿਹੜੀ ਕਿਸਮ ਆ ਉਹ ਵੱਖਰੀ ਆ एमपी ਦੇ ਵਿੱਚ ਜ਼ਿਆਦਾਤਰ ਬਿਜਾਈ ਹੁੰਦੀ ਆ। ਅ ਯੂਪੀ ਦੇ ਕੁਝ ਏਰੀਆ ਜਾਂ ਛੱਤੀਸਗੜ੍ਹ ਜਾਂ ਗੁਜਰਾਤ। ਜ਼ਿਆਦਾਤਰ ਰੇਨ ਫੈਡ ਏਰੀਆ ਜਿਵੇਂ ਆਪਾਂ ਆਪਣੇ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਵੀਰ ਉਹ ਜ਼ਿਆਦਾਤਰ ਇਹ ਕਿਸਮ ਦੀ ਬਿਜਾਈ ਕਰਦੇ ਜਿਹਨੂੰ ਆਪਾਂ ਸਰਬਤੀ ਜਾਂ ਸੀ 306 ਕਹਿੰਨੇ ਆ। ਸ਼ਰਬ ਦੀ ਕਿਸਮਾਂ ਜਿਹੜੀ ਦੇਸੀ ਵੈਰੈਟੀਆਂ ਚਾਹੁੰਦੀ ਪਹਿਲੀਆਂ ਪੁਰਾਣੀਆਂ ਕਿਸਮਾਂ ਦੇ ਵਿੱਚ ਜਿਹੜੀ ਕਿ ਜ਼ਿਆਦਾਤਰ ਰੇਨ ਫੈਡ ਏਰੀਆ ਦੇ ਵਿੱਚ ਗਾਈ ਜਾਂਦੀ ਜਿੱਥੇ ਪਾਣੀ ਅਵੇਲੇਬਲ ਨਹੀਂ ਹੈ ਮੱਧ ਪ੍ਰਦੇਸ਼ ਦੇ ਕਾਫੀ ਰਕਬੇ 'ਚ ਇਹਦੀ ਖੇਤੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਰਾਜਸਥਾਨ ਜਾਂ ਗੁਜਰਾਤ ਛੱਤੀਸਗੜ੍ਹ ਤਾਮਿਲਨਾਡੂ ਦੀਆਂ ਪੌਕੇਟਸ ਦੇ ਵਿੱਚ ਇਹਦੀ ਖੇਤੀ ਕੀਤੀ ਜਾਂਦੀ ਹੈ ਕਿਉਂਕਿ ਕਾਫੀ ਰਕਬੇ ਦੇ ਵਿੱਚ ਜਿੱਥੇ ਪਾਣੀ ਦੂਜੀਆਂ ਸਟੇਟਾਂ ਦੇ ਵਿੱਚ ਅਵੇਲੇਬਲ ਨਹੀਂ ਹੈਗਾ ਜਾਂ ਜਿਹੜਾ ਪਾਣੀ ਮੀਂਹ ਦੇ ਉੱਤੇ ਨਿਰਭਰ ਕਿ ਇੱਕ ਦੋ ਮੀ ਪੈ ਗਏ ਤੇ ਕਣਕ ਹੋ ਗਈ ਪਰ ਇਹਦਾ ਝਾੜ ਜਿਹੜਾ ਹੈਗਾ ਘੱਟ ਹੁੰਦਾ ਜੇ ਆਪਾਂ ਜਿਹੜਾ ਇਰੀਗੇਟਿਡ ਏਰੀਆ ਜਿੱਥੇ ਪਾਣੀ ਲੱਗਦਾ ਉੱਥੇ ਬਿਗਾਈਏ ਉੱਥੇ ਵੀ ਇਹਦਾ ਝਾੜ ਘੱਟ ਹੁੰਦਾ ਤੇ ਪਾਣੀ ਦੀ ਜ਼ਰੂਰਤ ਇਹਨੂੰ ਘੱਟ ਹੁੰਦੀ ਆ ਤੇ ਜਿਹੜੀਆਂ ਆਪਾਂ ਸਪਰੇਆਂ ਜਾਂ ਕੈਮੀਕਲ ਖਾਦਾਂ ਜਿਹੜੀਆਂ ਵਰਤਦੇ ਆ ਉਹਨਾਂ ਨੂੰ ਵੀ ਇਹ ਵੈਰੈਟੀਆਂ ਜਿਹੜੀਆਂ ਪੁਰਾਣੀਆਂ ਸੀ ਘੱਟ ਮੰਨਦੀਆਂ ਨੇ ਆਰਗੈਨਿਕ ਕੁਦਰਤੀ ਖੇਤੀ ਦੇ ਵਿੱਚ ਇਹ ਜਿਹੜੀਆਂ ਕਾਮਯਾਬ ਹੁੰਦੀ ਹੈ ਤੇ ਆਮ ਤੌਰ ਤੇ ਇਹਦਾ ਝਾੜ ਆ ਜਿਹੜਾ ਜਿਵੇਂ ਆਪਾਂ ਲਾ ਲਈਏ ਵੀ 32 35 40 ਮਣ ਤੱਕ ਹੋ ਜੇ ਤਾਂ ਬਹੁਤ ਚੰਗਾ ਹੈ 40 ਮਣ ਤੱਕ ਤਾਂ ਪਲੱਸ ਮਾਈਨਸ ਵੀ 2 4 ਮਣ ਹੋ ਸਕਦਾ ਹੈ ਕੁਆਲਿਟੀ ਇਹਦੀ ਬਹੁਤ ਹਾਈ ਹੈ ਕਿਉਂਕਿ ਜਿਹੜੀ ਕੁਆਲਿਟੀ ਦਾ ਸਿੱਧਾ ਸਬੰਧ ਹੁੰਦਾ ਝਾੜ ਨਾਲ ਝਾੜ ਜਿਆਦਾ ਤਾਂ ਕੁਆਲਿਟੀ ਜਿਹੜੀ ਡਾਊਨ ਹੁੰਦੀ ਹੈ ਜੇ ਝਾੜ ਘਟਾ ਤਾਂ ਕੁਆਲਿਟੀ ਵਧੀਆ ਹੁੰਦੀ ਜਿਹੜੀਆਂ ਪ੍ਰਾਣੀਆਂ ਕੋਈ ਵੀ ਕਿਸਮ ਸੀ ਤਾਂ ਉਹਨਾਂ ਦੇ ਵਿੱਚ ਝਾੜ ਘੱਟ ਸੀ ਕੋਈ ਅਨਾਜ ਲਾ ਲਓ ਕਿਸੇ ਵੀ ਕਿਸਮ ਦਾ ਜਿੱਥੇ ਝਾੜ ਘਟਾ ਹੈ ਮਤਲਬ ਵੈਰਾਈਟੀ ਦਾ ਪੋਟੈਂਸ਼ੀਅਲ ਘਟਾ ਉੱਥੇ ਜਿਹੜੀ ਕੁਆਲਿਟੀ ਵੱਧਦੀ ਹੈ ਤੇ ਜਿੱਥੇ ਝਾੜ ਵੱਧਾ ਜਿਵੇਂ ਹਾਈਬ੍ਰਿਡ ਕਿਸਮਾਂ ਤੁਸੀਂ ਕਿਸੇ ਵੀ ਫਸਲ ਦੀ ਹਾਈਬ੍ਰਿਡ ਲਾਓ ਉਹਦਾ ਝਾੜ ਵੱਧ ਹੁੰਦਾ ਤੇ ਕੁਆਲਿਟੀ ਜਿਹੜੀ ਹੈਗੀ ਆ ਕੁਆਲਿਟੀ ਦਾ ਮਤਲਬ ਕਿ ਉਹਦੇ ਵਿੱਚ ਵਿਟਾਮਿਨਸ ਹੋਣੇ ਮਿਨਰਲਸ ਹੋਣੇ ਪ੍ਰੋਟੀਨ ਕੰਟੈਂਟ ਹੋਣਾ ਵੱਖ-ਵੱਖ ਜਿਹੜੇ ਹੈਗੇ ਵਗੈਰਾ ਵਗੈਰਾ ਆ ਜਾਂਦੀ ਹੈ ਤੇ ਇਹ ਜਿਹੜੀ ਹੈਗੀ ਆ ਐਮਪੀ ਦੀ ਜਿਹੜੀ ਗਲਾਉਗਾਜ ਮੰਡੀ ਹੈ 3200 ਰੁਪਇਆ ਤੇ ਤਾਮਨ ਲਾਂਡੂ ਦੀ ਸ਼ਮੌਂਗਾ ਮੰਡੀ ਦੇ ਵਿੱਚ 3600 ਰੁਪਇਆ ਜਿਹੜੀ ਕੱਲ ਦੀ ਕੀਮਤ ਸੀਗੀ ਇਹਦੀ 3600 ਰੁਪਇਆ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੇ ਆਮ ਜਿਹੜੇ ਹੈਗੇ ਆ ਜਿਵੇਂ ਗੁਜਰਾਤ ਵਗੈਰਾ ਦੇ ਵਿੱਚ 2200 ਨੂੰ ਜਿਹੜੀ ਮੰਡੀ ਦੇ ਵਿੱਚ ਵਿਕਦੀ ਖੁੱਲੀ ਮੰਡੀ ਦੇ ਵਿੱਚ ਤੇ ਕਈ ਮੰਡੀਆਂ ਦੇ ਵਿੱਚ ਇਹਦੀ ਕੀਮਤ ਜਿਹੜੀ 3600 ਤੱਕ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਕਈ ਕਿਉਂਕਿ ਕੁਆਲਟੀ ਪੱਖ ਤੋਂ ਜੇ ਲੈ ਕੇ ਚੱਲੀਏ ਤਾਂ ਕਈ ਜਿਹੜੇ ਹੈਗੇ ਇਹਦੇ ਗਾਹਕ ਹੈਗੇ ਆ ਸ਼ਹਿਰਾਂ ਦੇ ਵਿੱਚ ਵੀ ਬੈਠੇ ਆ ਪਿੰਡਾਂ ਦੇ ਵਿੱਚ ਵੀ ਬੈਠੇ ਆ ਕਿ ਉਹ ਜਿਹੜੇ ਹੈਗੇ 32 350 35 350 4000 ਨੂੰ ਲੈ ਕੇ ਜਿਹੜਾ ਕਵੰਟਰਲ ਆਰਗੈਨਿਕ ਨੂੰ ਦੇ ਨਾਂ ਤੇ ਜਾਣਿਆ ਜਾਂਦਾ ਕਿਉਂਕਿ ਇਹ ਰੇਨ ਫੈਡ ਹੈ ਇਹਨੂੰ ਖਾਦ ਕੋਈ ਪੈਂਦੀ ਨਹੀਂ ਤੇ ਆਪੇ ਜਿਹੜੀ ਆਰਗੈਨਿਕ ਹੀ ਹੁੰਦੀ ਆ ਤੇ ਆਮ ਤੌਰ ਤੇ ਜਿਹੜੇ ਕਿਸਾਨ ਵੀਰ ਆਰਗੈਨਿਕ ਫਾਰਮਿੰਗ ਵਾਲੇ ਇਹਨੂੰ ਲਾਉਂਦੇ ਆ ਤਾਂ ਹੀ ਇਹਦਾ ਜਿਹੜਾ ਹੈਗਾ ਕੁਆਲਟੀ ਕਰਕੇ ਇਹਦਾ ਰੇਟ ਵੱਧ ਮਿਲਦਾ ਤੇ ਜਿਹੜੇ ਵੀ ਕਿਸਾਨ ਵੀਰ ਇਹਨੂੰ ਬੀਜਣਾ ਚਾਹੁੰਦੇ ਆ ਰੇਟ ਇਹਦਾ ਚੰਗਾ ਹੁੰਦਾ ਪਰ ਝਾੜ ਜਿਹੜਾ ਹੈਗਾ ਇਹਦਾ ਦੂਜੀਆਂ ਕਣਕਾਂ ਦੇ ਮੁਕਾਬਲੇ ਘੱਟ ਰਹਿੰਦਾ ਹੈ ਕਈ ਵਪਾਰੀ ਵੀ ਜਿਹੜੇ ਹੈਗੇ ਦੂਜੀਆਂ ਸਟੇਟਾਂ ਤੋਂ ਲਿਆ ਆ ਕੇ ਆਪਣੇ ਕਿਉਂਕਿ ਗਾਹਕ ਹੈਗੇ ਆ ਮਾਰਕੀਟ ਹੈਗੀ ਆ ਤੇ ਸ਼ਹਿਰਾਂ ਦੇ ਵਿੱਚ ਜਿਹੜੀ ਹੈਗੀ ਆ ਉਥੋਂ ਜਿਹੜਾ ਹੈਗਾ ਜੇ ਮੰਨ ਲਓ ਜਦੋਂ ਕਣਕ ਦੀ ਵਾਢੀ ਹੁੰਦੀ ਆ 2200 2500 ਲਿਆ ਆ ਕੇ ਤੇ ਇੱਥੇ ਜਿਹੜਾ 3500 4000 4200 ਨੂੰ ਵੇਚਿਆ ਜਾਂਦਾ ਸੋ ਕਿਸਾਨ ਵੀਰ ਜਿਹੜੇ ਹੈਗੇ ਆ ਇਸ ਜਿਹੜੀ ਕਿਸਮ ਤੋਂ ਵੀ ਜਿਹੜਾ ਫਾਇਦਾ ਠਾ ਸਕਦੇ ਤੁਸੀਂ ਕਿਉਂਕਿ ਰੇਟ ਇਹਦਾ ਚੰਗਾ ਮਿਲਦਾ ਤੇ ਆਪ ਦੀ ਖਾਣ ਦੇ ਵਾਸਤੇ ਵੀ ਜਿਹੜੀ ਹੈਗੀ ਆਪਾਂ ਵਧੀਆ ਇਹ ਕਣ ਕਰੇ ਵਰਤ ਸਕਦੇ ਆ ਇਹਦੀ ਜਿਹੜੀ ਮਠਾਸ ਦੂਸਰੀਆਂ ਵੈਰਾਈਟੀਆਂ ਦੇ ਮੁਕਾਬਲੇ ਵਧੀਆ ਹੁੰਦੀ ਆ ਕੁਆਲਿਟੀ ਦੀ ਹਾਈ ਹੁੰਦੀ ਆ ਰੋਟੀ ਇਹਦੀ ਵਧੀਆ ਬਣਦੀ ਆ ਸੋ ਇਹ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ ਖੁਸ਼ ਰਹੋ ਖੁਸ਼ ਰਹੋ